ਇੱਕ ਗਲਤ ਹੋਇਆ ਜੀ, ਜੇ ਉਹਨਾਂ 'ਤੇ ਪਰਚਾ ਦਰਜ ਹੋ ਗਿਆ, ਕਿਉਂਕਿ 10 ਸੈਕਿੰਡ ਦੀ ਵੀਡੀਓ ਦੇਖੀ ਤੁਸੀਂ ਕਿਸੇ ਨੂੰ ਜੱਜ ਕਰ ਰਹੇ ਹੋ, ਗਲਤ ਹੈ। 10 ਸੈਕਿੰਡ ਦੀ ਵੀਡੀਓ 'ਚ ਕੁਛ ਨਹੀਂ ਪਤਾ ਲੱਗਦਾ, ਉੱਥੇ ਜਿਹੜੇ ਪੈਲਸ 'ਚ ਫੰਕਸ਼ਨ ਸੀ ਉੱਥੇ ਕੈਮਰਾਜ਼ ਲੱਗੇ ਹੋਏ ਆ, ਉਹ ਕੈਮਰਾਜ਼ ਦੀ ਵੀਡੀਓ ਕਢਾਓ। ਸੁਣਨ 'ਚ ਆਇਆ, ਮੈਂ ਉੱਥੇ ਔਨ ਦੀ ਸਪੋਟ ਉੱਥੇ ਪ੍ਰੈਜੈਂਟ ਨਹੀਂ ਸੀਗੀ, ਕਿ ਉਹਨੇ ਮਾਈਕ 'ਚ ਪਹਿਲੇ ਆਡੀਅੰਸ ਨੂੰ ਬਹੁਤ ਕੁਛ ਬੋਲਿਆ ਹੈ, ਠੀਕ ਹੈ। ਉਸ ਤੋਂ ਬਾਅਦ ਸਾਰੀ ਗੱਲ ਠੀਕ ਹੈ ਇੱਕ ਪਾਸੇ ਹੈ, ਲੇਕਿਨ ਕਦੇ ਵੀ ਕੁੜੀ ਦਾ ਸਟੇਜ 'ਤੇ ਗਾਲੀ ਗਲੋਚ ਕਰਨ ਦਾ ਮਤਲਬ ਨਹੀਂ ਬਣਦਾ, ਕਿਉਂਕਿ ਅਸੀਂ ਉਸ ਟਾਈਮ 20-25 ਮੈਂਬਰ ਹਾਂ, ਉਹ ਪੂਰੀ ਬਰਾਤ ਹੈ, ਹੈ ਨਾ। ਫਿਰ ਵੀ ਉਹ ਬਹੁਤ ਡੀਸੈਂਟ ਬੰਦੇ ਸੀਗੇ, ਜਿਨ੍ਹਾਂ ਨੇ ਮਤਲਬ ਫਿਰ ਵੀ ਕਿਹਾ, ਭੈਣੇ ਤੂੰ ਚਲੀ ਜਾ, ਪੇਮੈਂਟ ਵੀ ਦੇਤੀ ਉਹਨਾਂ ਦੇ ਹੱਥ, ਅਤੇ ਗਲਤ ਹੋਇਆ। ਗਾਲੀ ਗਲੋਚ ਦਾ ਮਤਲਬ ਨਹੀਂ ਸੀ। ਲਾਡੀ ਗਿੱਲ ਭਾਅ ਜੀ ਉਹਨੂੰ ਬਚਾ ਵੀ ਰਹੇ ਕਿ ਤੂੰ ਛੱਡ, ਲੜਾਈ ਨਹੀਂ ਕਰਨੀ। ਫਿਰ ਇੱਕ ਇੰਟਰਵਿਊ 'ਚੋਂ ਕਹਿ ਰਹੀ ਔਰਗਨਾਈਜ਼ਰ ਸਾਡੀ ਸੇਫਟੀ ਨਹੀਂ ਕਰਦੇ, ਹੈ ਨਾ। ਮੈਨੂੰ 20 ਸਾਲ ਕੰਮ ਕਰਦੀ ਨੂੰ ਹੋ ਗਏ ਜੀ, 200-250 ਹਜ਼ਾਰ ਬੰਦਾ ਵੀ ਬਰਾਤ 'ਚ ਹੁੰਦਾ, ਅਤੇ ਅਸੀਂ ਇਕੱਲੇ ਤਾਂ ਉੱਥੋਂ ਨਿਕਲ ਕੇ ਨਹੀਂ ਆ ਸਕਦੇ। ਅਗਰ ਔਰਗਨਾਈਜ਼ਰ ਸਾਡੀ ਸੇਫਟੀ ਨਹੀਂ ਕਰੇਗਾ ਤਾਂ ਅਸੀਂ ਕਿੱਦਾਂ ਇਕੱਲੇ ਬਚ ਕੇ ਆ ਜਾਵਾਂਗੇ ਜੀ ਉੱਥੋਂ? ਤੁਸੀਂ ਵੀ ਸਮਝਦਾਰ ਹੋ, ਜਿਵੇਂ ਕਿ ਵਿਆਹ ਲੱਖਾਂ ਰੁਪਏ ਲਾਉਂਦੇ ਨੇ, ਪਾਰਟੀ ਲਾਉਂਦੇ, ਤੁਹਾਡੀ ਬਹੁਤ ਮਿਹਨਤ ਲੱਗਦੀ ਹੈ, ਪੈਸੇ ਲਾਉਂਦੇ ਨੇ। ਇੱਕ ਗੱਲ ਛੋਟੀ ਗਲਤੀ ਕਰਤੀ ਕਹਿ ਲਈਏ, ਹੁਣ ਤੁਸੀਂ ਦੱਸ ਰਹੇ ਵੀ ਗਲਤੀ ਹੈ, ਵੀ ਜੋ ਵੀ ਵੀਡੀਓ ਆਇਆ ਝੂਠ ਸਾਹਮਣੇ ਆਇਆ, ਕਿ ਲੋਕ ਇਸ ਵਾਰ ਡਰ ਦੇ ਵਿੱਚ ਆ ਜਾਂਦੇ ਨੇ ਕਿ ਅਸੀਂ ਇਹ ਪ੍ਰੋਗਰਾਮ ਕਰਾਉਣਾ ਨਹੀਂ ਚਾਹੀਦੇ, ਜੇ ਸਾਡੇ ਮਾਹੌਲ ਖਰਾਬ ਹੋ ਜਾਂਦੇ ਨੇ, ਫੰਕਸ਼ਨ ਖਰਾਬ ਹੋ ਜਾਂਦੇ ਨੇ। ਬਿਲਕੁਲ ਜੀ, ਅਸੀਂ ਤਾਂ ਹੀ ਸਾਰੇ ਜਣੇ ਇਕੱਠੇ ਹੋ ਕੇ, ਪੰਜਾਬ ਪ੍ਰਧਾਨ ਸੁਖ ਸ਼ੇਰਪੁਰ, ਸਰਪ੍ਰਸਤ ਸਾਡੇ ਲਾਡੀ ਵੀਰ ਜੀ, ਅਸੀਂ ਸਾਰੇ ਤਾਂ ਹੀ ਇੱਥੇ ਸਾਰੇ ਇਕੱਠੇ ਹੋਏ ਹਾਂ ਕਿ ਇਹ ਕੰਮ ਖਰਾਬ ਹੋ ਰਿਹਾ, ਗਲਤ ਹੋ ਰਿਹਾ ਜੋ ਸਾਡੇ ਨਾਲ ਹੋ ਰਿਹਾ। ਗਾਹਾਂ ਗਾਹਾਂ ਇਹ ਕੰਮ ਵੱਧ ਰਿਹਾ, ਘੱਟ ਨਹੀਂ ਰਿਹਾ। ਹਲੋ, ਸਾਨੂੰ ਫੈਮਲੀਆਂ ਫੰਕਸ਼ਨ ਨਹੀਂ, ਇਹ ਡਰਦੀਆਂ ਮਾਰੀਆਂ ਨਹੀਂ ਬੁੱਕ ਕਰਾਉਣਗੀਆਂ ਜੀ, ਵੀ ਸਾਡੇ ਕੱਲ੍ਹ ਘਰ ਦੇ ਵਿੱਚ ਕੱਲ੍ਹ ਨੂੰ ਲੜਾਈ ਝਗੜਾ ਹੋਊਗਾ, ਇਹ ਸਾਡੇ ਕੰਮ 'ਤੇ ਬਹੁਤ ਵੱਡਾ ਅਸਰ ਹੈ ਜੀ। ਬਾਕੀ ਸਿਮਰ ਨੂੰ ਸਭ ਤੋਂ ਪਹਿਲਾਂ ਫੋਨ ਵੀ ਕੀਤਾ ਗਿਆ ਜੀ, ਅਸੀਂ ਠੀਕ ਹੈ ਜੀ, ਉਹ ਕਹਿੰਦੀ ਵੀ ਮੈਂ ਬਾਅਦ 'ਚੋਂ ਗੱਲ ਕਰੂੰਗੀ। ਅਸੀਂ ਉਹਨੂੰ ਹਰ ਇੱਕ ਚੀਜ਼ ਪੁੱਛਣੀ ਚਾਹੀਦੀ ਹੈ ਵੀ ਭਾਈ ਤੇਰੇ ਨਾਲ ਕੀ ਗੱਲ ਹੋਈ, ਇੱਦਾਂ ਨਹੀਂ ਵੀ ਅਸੀਂ ਉਹਨੂੰ ਫੋਨ ਨਹੀਂ ਕੀਤਾ। ਜੋ ਮੈਨੇਜਰ ਆ ਉਹਦੇ ਅਮਨ ਜੀ, ਠੀਕ ਆ, ਅਸੀਂ ਉਹਨੂੰ ਵੀ ਫੋਨ ਕੀਤਾ ਵੀ ਵੀਰੇ ਮੈਨੂੰ ਦੱਸ ਕੀ ਗੱਲਬਾਤ ਹੋਈ ਆ, ਅਸੀਂ ਪੰਜਾਬ ਟੀਮ ਨੇ ਪੂਰੀ ਗੱਲਬਾਤ ਉਹਦੇ ਨਾਲ ਵੀ ਕਰਨੀ ਚਾਹੀਦੀ। ਫਿਰ ਅਸੀਂ ਜੋ ਉੱਥੇ ਮੌਜੂਦ ਸੀਗੇ, ਇਕੱਲਾ ਇਕੱਲਾ ਸਾਡਾ ਮੈਂਬਰ, ਅਸੀਂ ਉਹਨੂੰ ਹਰ ਇੱਕ ਗੱਲ ਪੁੱਛੀ, ਉਹਨਾਂ ਨੇ ਇਹੀ ਗੱਲ ਕਹੀ ਹੈ ਜੀ ਵੀ ਪਾਰਟੀ ਉੱਥੇ ਹਾਜ਼ਰ ਸੀ, ਪਾਰਟੀ ਨੇ ਠੀਕ ਹੈ ਜੀ ਉਹਨਾਂ ਨੇ ਪੇਮੈਂਟ ਦੇਤੀ ਸੀ, ਠੀਕ ਹੈ, ਉਸ ਤੋਂ ਬਾਅਦ ਵੀ ਗਾਲੀ ਗਲੋਚ ਕੀਤਾ ਜਾ ਰਿਹਾ। ਦੇਖੋ, ਕੋਈ ਵੀ ਬੰਦਾ ਕਿਸੇ ਨੂੰ ਕਿੰਨੀ ਕੁ ਵਾਰ ਗਾਲੀ ਗਲੋਚ ਕਰ ਲਓ ਅਤੇ ਕਿੰਨੀ ਕੁ ਵਾਰ ਉਹ ਬਰਦਾਸ਼ਤ ਕਰ ਲਓ, ਅਸੀਂ ਨਹੀਂ ਚਾਹੁੰਦੇ ਵੀ ਸਾਡਾ ਕਿਸੇ ਪਰਿਵਾਰਾਂ ਦੇ ਨਾਲ ਮਤਭੇਦ ਬਣੇ। ਕੀ ਕੋਈ ਜਿਹੜਾ ਪਰਫਾਰਮਰ ਹੁੰਦਾ, ਚਾਹੇ ਉਹ ਲੇਡੀ ਹੋਵੇ ਚਾਹੇ ਫੀਮੇਲ ਮੇਲ ਹੋਵੇ, ਡਰਿੰਕ ਕਰਨ ਤੋਂ ਬਾਅਦ ਕੀ ਤੁਸੀਂ ਉਹਨੂੰ ਸਟੇਜ 'ਤੇ ਅਲਾਓ ਕਰਦੇ ਹੋ? ਭਾਈ ਦੇਖੋ, ਅਸੀਂ ਨਹੀਂ ਚਾਹੁੰਦੇ, ਸਾਨੂੰ ਨਹੀਂ ਪਤਾ ਲੱਗਦਾ ਉਹਦੇ ਵਿੱਚ। ਦੇਖੋ, ਔਰਗਨਾਈਜ਼ਰ ਸਟੇਜ 'ਤੇ ਹੁੰਦਾ, ਦੇਖੋ ਕਿੰਨੀ ਪਾਰਟੀ ਬੈਠੀ ਹੁੰਦੀ ਆ, ਜੋ ਉਹਨੂੰ ਹੈਂਡਲ ਕਰਦਾ ਹੁੰਦਾ, ਔਰਗਨਾਈਜ਼ਰ ਨੂੰ ਉਸ ਬਾਰੇ ਕੁਛ ਨਹੀਂ ਪਤਾ, ਠੀਕ ਹੈ, ਵੀ ਉਹਨੇ ਡਰਿੰਕ ਕੀਤੀ ਆ ਜਾਂ ਨਹੀਂ ਕੀਤੀ। ਦੇਖੋ, ਉਹ ਤਾਂ ਉਦੋਂ ਬਾਅਦ ਪਤਾ ਲੱਗਦਾ ਹੈ ਨਾ, ਵੀ ਜੇ ਕੋਈ ਗੱਲਬਾਤ ਹੁੰਦੀ ਹੈ ਵੀ ਭਾਈ ਉਹਨੇ ਡਰਿੰਕ ਕੀਤੀ। ਦੋ ਪ੍ਰਧਾਨ ਅਸੀਂ ਤਾਂ ਦੇਖੋ ਜੀ ਇਹ ਕਹਿੰਦੇ ਹਾਂ ਵੀ ਪੁਲਿਸ ਨੂੰ ਪੂਰੀ ਕਾਰਵਾਈ ਕਰਕੇ, ਇਨਕੁਆਇਰੀ ਕਰਕੇ, ਠੀਕ ਹੈ ਜੀ, ਕਾਰਵਾਈ ਕਰਨੀ ਚਾਹੀਦੀ ਆ। ਇੱਕ 10 ਸਕਿੰਟ ਦੀ ਵੀਡੀਓ ਦੇਖ ਕੇ ਉਹ ਹਰ ਇੱਕ ਚੀਜ਼ ਉਹਦੇ ਵਿੱਚ ਇਹ ਗੱਲ ਕਹੀ ਜਾਂਦੀ ਆ ਵੀ ਜੋ ਕੁੜੀ ਦੇ ਗਲਾਸ ਮਾਰਿਆ ਜੀ ਉਹ ਗਲਤ ਹੋਇਆ, ਠੀਕ ਹੈ ਜੀ, ਬਿਲਕੁਲ ਜੀ ਬਿਲਕੁਲ ਖੜੇ ਹਾਂ ਜੀ ਅਸੀਂ, ਪੂਰੀ ਪੰਜਾਬ ਟੀਮ ਇੱਥੇ ਖੜੀ ਹੈ ਨਾ, 40-50 ਬੰਦਾ ਆਇਆ। ਅਗਰ ਕੋਈ ਆਪਣੇ ਨਾਲ ਬੈਨੀਪਾਲ ਭਾਅ ਜੀ ਜਾਂ ਲਾਡੀ ਗਿੱਲ ਭਾਅ ਜੀ ਸਹੀ ਹੈ, ਤਾਂ ਹੀ ਅਸੀਂ ਇਹਨਾਂ ਨਾਲ ਖੜੇ ਹਾਂ, ਠੀਕ ਹੈ ਜੀ। ਮੈਂ ਇਹੀ ਕਹਿਣਾ ਚਾਹੁੰਦਾ ਜੀ, ਦੇਖੋ ਉਹ ਸਿਰਫ ਤੁਸੀਂ 10 ਸਕਿੰਟ ਦੀ ਵੀਡੀਓ ਦੇਖੀ ਆ ਵੀ ਤੁਸੀਂ ਉਹਨੂੰ ਲੈ ਕੇ ਜਾ ਰਹੇ ਹੋ, ਉਹਦੇ ਵਿੱਚ ਪੂਰੀ ਸੱਚਾਈ ਨਹੀਂ ਹੈਗੀ। ਜਿਹੜੀ ਸੱਚਾਈ ਆ ਅਸਲੀ ਉਹ ਹੋਰ ਆ, ਸੱਚਾਈ ਇਹ ਆ ਜੀ, ਦੇਖੋ ਉਹ ਪਾਰਟੀ ਨੇ 2-3 ਵਾਰ ਉਹਨੂੰ ਕਹਿਤਾ, ਜਿਹੜਾ ਉਹ ਕਹਿੰਦੀ ਆ ਮੈਨੂੰ ਸਟੇਜ 'ਤੇ ਨੱਚਣ ਨੂੰ ਹੇਠਾਂ ਕਹਿ ਰਹੇ ਸੀ, ਨਹੀਂ ਉਹ ਗੱਲ ਨਹੀਂ ਹੋਈ, ਉਹਨਾਂ ਨੇ ਇਹ ਕਿਹਾ ਸੀ ਵੀ ਸਟੇਜ ਤੋਂ ਚਲੇ ਜਾਓ ਵੀ ਆਪਣੀ ਪੇਮੈਂਟ ਲਓ ਮੈਡਮ ਜੀ, ਅਸੀਂ ਉਹ ਤੋਂ ਕੰਮ ਨਹੀਂ ਕਰਾਉਣਾ, ਤੁਸੀਂ ਘਰ ਹੀ ਚਲੇ ਜਾਓ। ਪਤਾ ਕੀ ਗੱਲ ਆ, ਉੱਥੇ ਥੋੜੀ ਜਿਹੀ ਉਹਨਾਂ ਦੀ ਆਪਸ ਵਿੱਚ ਆਣ ਬਣ ਹੋ ਗਈ ਸੀ, ਉਹਦਾ ਕੰਮ ਨਹੀਂ ਉਹਨਾਂ ਨੂੰ ਅਨਫਿਟ ਰਿਹਾ, ਤੇ ਥੋੜਾ ਜਿਹਾ ਪਤਾ ਨਹੀਂ ਡਰਿੰਕ ਕੀਤੀ ਹੋਈ ਸੀ, ਪਤਾ ਨਹੀਂ ਨਹੀਂ ਕੀਤੀ ਹੋਈ ਸੀਗੀ, ਆਪਾਂ ਇਹ ਨਹੀਂ ਕਹਿ ਸਕਦੇ।
ਪਤਾ ਕੀ ਗੱਲ ਆ, ਉਹਦੇ ਵਿੱਚ ਉਹਨੂੰ ਪਾਰਟੀ ਨੇ ਉਹਨੂੰ ਕਹਿਤਾ ਵੀ ਤੁਸੀਂ ਘਰੇ ਜਾਓ, ਪੇਮੈਂਟ ਵੀ ਦੇ ਦਿੱਤੀ। ਪਾਰਟੀ ਨੇ ਬਹੁਤ ਕਿਹਾ, ਕਹਿੰਦੀ ਮੈਂ ਨਹੀਂ ਜਾਣਾ, ਮੈਂ ਇੱਥੋਂ ਨਹੀਂ ਜਾਣਾ। ਨਹੀਂ ਜੀ, ਬੰਦ ਸੀ, ਉਹਨੇ ਪੇਮੈਂਟ ਜਾ ਕੇ ਸਿੱਧਾ ਜਾ ਕੇ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਤੇ ਜਿਵੇਂ ਲੋਕਾਂ ਦੇ ਵਿੱਚ ਮੈਸੇਜ ਗਿਆ ਕਿ ਹਾਂਜੀ ਡਾਂਸ ਨਾਲ ਗਲਤ ਕਰਦੇ ਨੇ ਲੋਕ। ਨਹੀਂ ਜੀ, ਇਹੋ ਜਿਹਾ ਕੋਈ ਗੱਲ ਨਹੀਂ ਗੀ, ਕੋਈ ਪਾਰਟੀ ਵੱਲੋਂ ਇਹੋ ਜਿਹਾ ਕੋਈ ਕਲੇਮ ਹੈ ਹੀ ਨਹੀਂ ਗਾ। ਮੈਂ ਪਾਰਟੀ ਦੇ ਘੱਟੋ ਘੱਟ 40-50 ਬਕਸਾਂ ਲਾ ਚੁੱਕਿਆ ਪਹਿਲਾਂ। ਹੁਣ ਤੁਸੀਂ ਸਮਾਜ ਪੁਲਿਸ ਸਟੇਸ਼ਨ ਆਏ ਹੋ, ਕੀ ਮੰਗ ਕਰਨਾ ਹੈ? ਮੰਗ ਕਰਨਾ ਹੈ ਵੀ ਬਸ ਦੇਖੋ, ਉਹਦੀ ਪੂਰੀ ਇਨਕੁਆਇਰੀ ਕੀਤੀ ਜਾਵੇ ਵੀਡੀਓ ਦੀ। ਇਹ ਨਹੀਂ ਹੁੰਦਾ ਵੀ ਇੱਕ ਪਾਸੇ ਦੇਖ ਕੇ ਕਹਿ ਦਈਏ ਵੀ ਆਪਾਂ ਦੂਜੇ ਦੀ ਕਾਰਵਾਈ ਕਰਾ ਦਈਏ, ਨਹੀਂ ਪਹਿਲਾਂ ਪੂਰੀ ਉਹਦੀ ਇਨਕੁਆਇਰੀ ਕੀਤੀ ਜਾਵੇ। ਤੇ ਜਿਹੜੀ ਆ 2-3 ਦਿਨ ਤੋਂ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਲੜਕੀ ਦੀ, ਕਰੀ ਇਹਦੇ ਬਾਰੇ ਆਪਾਂ ਗੱਲ ਕਰਨੀ ਹੈ ਤੇ ਇਹਦੀ ਜਿਹੜੀ ਅਸਲ ਸੱਚਾਈ ਆ ਉਹ ਵੀਡੀਓ ਇਕੱਲੀ ਸਿਰਫ ਜਿਹੜੀ 10 ਸਕਿੰਟ ਦੀ ਵੀਡੀਓ ਉਹ ਦੇਖ ਕੇ ਨਹੀਂ, ਪੂਰੀ ਵੀਡੀਓ ਦੇਖੀ ਜਾਵੇ ਤੇ ਰਿਕਾਰਡਿੰਗ ਕਢਾਓ ਤੇ ਆਪਣਾ ਪੈਲਸ ਤੋਂ, ਉਹਦੇ ਵਿੱਚ ਪੂਰਾ ਸਾਰਾ ਆਊਗਾ। ਤੇ ਇਹ ਕੁੜੀ ਸਟੇਜ ਦੇ ਉੱਪਰ ਤੇ ਪਾਰਟੀ ਨੂੰ ਗਲਤ ਬੋਲ ਰਹੀ ਸੀ ਮਾਈਕ ਦੇ ਵਿੱਚ, ਤੇ ਪਾਰਟੀ ਨੇ ਇਹਨੂੰ ਥੱਲੇ ਜਾਣ ਵਾਸਤੇ ਕਿਹਾ ਜਾਂ ਕਿ ਫਲੋਰ ਤੇ ਜਾਣ ਵਾਸਤੇ ਕਿਹਾ ਇਹਨੂੰ, ਤੇ ਫਿਰ ਇਹ ਥੱਲੇ ਗਈ ਨਹੀਂ, ਦੁਬਾਰਾ ਡੀਜੇ ਬੰਦ ਕਰਵਾਤਾ ਉਹਨਾਂ ਨੇ ਵੀ ਤੁਸੀਂ ਜਾਓ, ਤੁਹਾਡੀ ਪੇਮੈਂਟ ਵੀ ਦੇਤੀ। ਇਹ ਕੁੜੀ ਫਿਰ ਦੁਬਾਰਾ ਸਟੇਜ ਤੇ ਇਕੱਲੀ ਉੱਪਰ ਸੀਗੀ, ਡੀਜੇ ਬੰਦ ਸਕਰੀਨਾਂ ਬੰਦ ਸੀਗੀਆਂ, ਕੋਈ ਕੁੜੀ ਨਹੀਂ ਸੀ ਪਿੱਛੇ, ਸਟਾਫ ਸਾਰਾ ਪਿੱਛੇ ਖੜਾ ਸੀ, ਮੁੰਡੇ ਵੀ ਭੰਗੜੇ ਆਏ ਤੇ ਕੁੜੀਆਂ ਵੀ, ਇਹ ਇਕੱਲੀ ਮਾਈਕ ਦੇ ਵਿੱਚ ਉੱਥੇ ਬੋਲ ਰਹੀ ਸੀ। ਤੇ ਜਿਵੇਂ ਕਿ ਲੜਕੀ ਵੱਲ ਕਿਹਾ ਜਾ ਰਿਹਾ ਸੀ ਕਿ ਮੇਰੇ ਸੈਲਫ ਰਿਸਪੈਕਟ ਤੇ ਜੋ ਠੇਸ ਪਹੁੰਚੀ, ਮੈਂ ਦੁਖੀ ਹੋ ਗਈ। ਨਹੀਂ ਦੁਖੀ ਨਹੀਂ, ਇਹਨੇ ਡਰਿੰਕ ਵੀ ਕੀਤੀ ਹੋਈ ਸੀਗੀ, ਇਹ ਥੱਲੇ ਤੋਂ ਫਿਰ ਦੁਬਾਰਾ ਉੱਪਰ ਗਈ ਹੈ ਮਾਈਕ ਵਿੱਚ, ਪਾਰਟੀ ਨੂੰ ਗਲਤ ਬੋਲ ਰਹੀ ਸੀ, ਉਹ ਜੋ ਗਲਾਸ ਮਾਰਿਆ ਪਾਰਟੀ ਨੇ ਤੇ ਉਹ ਜਦੋਂ ਬਹੁਤ ਜ਼ਿਆਦਾ ਬੋਲ ਰਹੀ ਸੀ ਉਹ ਤਾਂ ਉਹਨਾਂ ਨੇ ਉੱਪਰ ਸਟੇਜ ਤੇ ਗਲਾਸ ਮਾਰਿਆ ਸੀ। ਲਾਡੀ ਗਿੱਲ ਉੱਪਰ ਸਟੇਜ ਦੇ ਉਹੀ ਲੈ ਕੇ ਆਏ ਸੀ ਇਹਨੂੰ, ਉਹੀ ਸਟੇਜ ਤੇ ਥੱਲੇ ਨੂੰ ਲੈ ਕੇ ਜਾ ਰਿਹਾ ਸੀਗਾ, ਇਹਨੇ ਇਹ ਵੀ ਕਿਹਾ ਮੇਰੀ ਸਪੋਰਟ ਚ ਕੋਈ ਨੀ ਖੜਿਆ, ਉਹ ਬੰਦਾ ਹੀ ਇਹਨੂੰ ਸਟੇਜ ਤੇ ਥੱਲੇ ਲੈ ਕੇ ਜਾ ਰਿਹਾ ਸੀਗਾ। ਵਾਇਰਲ ਹੋਈ ਸ਼ਰਾਰਤ ਲੱਗ ਰਹੀ ਹੈ, ਕਿਵੇਂ ਲੱਗ ਰਿਹਾ? ਨਹੀਂ ਇਹ ਸ਼ਰਾਰਤ ਹੈ, ਪਤਾ ਨੀ ਇਹਨੇ ਫੇਮ ਲੈਣ ਵਾਸਤੇ ਇਹ ਕੀਤਾ, ਇਹਨੂੰ ਦੇਖੋ ਇਹਨੂੰ ਪਤਾ, ਇਹ ਇਨਕੁਆਇਰੀ ਹੋਣ ਤੋਂ ਬਾਅਦ ਪਤਾ ਲੱਗੂ ਇਹਨੇ ਕੀ ਕੀਤਾ। ਨਹੀਂ ਸਾਡੇ ਗਰੁੱਪ ਦਾ ਅੱਜ ਤੱਕ ਕੋਈ ਵੀ, ਇੰਨੀਆਂ ਕੁੜੀਆਂ ਆਪਣੇ ਕੋਲ ਕੰਮ ਕਰਦੀਆਂ ਨੇ, ਮੁੰਡੇ ਕੁੜੀਆਂ ਕਦੀ ਕਿਸੇ ਦੀ ਕੋਈ ਸ਼ਿਕਾਇਤ ਨਹੀਂ, ਨਾ ਕੋਈ ਕੁੜੀ ਏਦਾਂ ਕਰਦੀ, ਕੋਈ ਪਾਰਟੀ ਏਦਾਂ ਨਹੀਂ ਕਹਿੰਦੀ ਵੀ ਥੱਲੇ ਆਓ, ਇਹ ਬਿਲਕੁਲ ਗਲਤ ਹੈ, ਇਹ ਆਪ ਉੱਪਰ ਇਸ਼ਾਰੇ ਕਰ ਰਹੀ ਸੀ ਗਲਤ, ਤੇ ਇਹਦੇ ਇਹਦਾ ਕਸੂਰ ਹੈ ਸਾਰਾ। ਕੀ ਨਾਮ ਹੈ ਤੁਹਾਡਾ ਜੀ? ਮੇਰਾ ਨਾਮ ਸੁਖਸੇਵਰ, ਪ੍ਰੈਜ਼ੀਡੈਂਟ ਪੰਜਾਬ ਜੀ। ਤੁਸੀਂ ਸਮਾਜ ਪੁਲਿਸ ਨੇ ਪਹੁੰਚੇ ਹੋ, ਕੀ ਕਹਿਣਾ ਚਾਹੁੰਦੇ ਹੋ ਕਿ ਜੋ ਵੀਡੀਓ ਵਾਇਰਲ ਹੋਈ ਸੀ, ਸਮਾਜ ਪੁਲਿਸ ਨੇ ਪਰਚਾ ਦਰਜ ਕੀਤਾ, ਕੀ ਕਹਿਣਾ ਚਾਹੁੰਦੇ? ਦੇਖੋ ਜੀ, ਇਹ ਜਿਹੜੀ ਇੰਟਰਵਿਊ ਦਾ ਆਪਣੇ ਆ ਰਹੀ ਆ, ਠੀਕ ਹੈ, 10 ਸਕਿੰਟ ਦੀ ਵੀਡੀਓ ਆ ਰਹੀ ਆ, ਦੇਖੋ ਪਹਿਲਾਂ ਤਾਂ ਸਾਨੂੰ ਵੀ ਇਹ ਦੇਖ ਕੇ ਬੜਾ ਦੁੱਖ ਲੱਗਿਆ ਸੀ ਵੀ ਕਿਉਂਕਿ ਸਾਡੇ ਪਰਿਵਾਰ ਦੀ ਕੁੜੀ ਆ ਵੀ ਇਹ ਗਲਤ ਹੋਇਆ, ਪਰ ਜਦੋਂ ਅਸੀਂ ਸਾਰੀ ਗੱਲ ਤੱਕ ਪਹੁੰਚੇ ਫਿਰ ਹੀ ਇਹ ਗੱਲ ਤੱਕ ਪਤਾ ਲੱਗਦਾ। ਉਸ ਟਾਈਮ ਸਾਡੇ ਦੇਖੋ ਬਿੱਟੂ ਭਾਅ ਜੀ ਜਿਨ੍ਹਾਂ ਦਾ ਫੰਕਸ਼ਨ ਸੀ, ਲੱਡੀ ਭਾਅ ਜੀ ਹੈ ਨਾ, ਬਾਕੀ ਸਾਡੇ ਭੰਗੜੇ ਵਾਲੇ ਜੋ ਵੀ ਸਾਡੀਆਂ ਲੜਕੀਆਂ ਸੀ ਉੱਥੇ ਮੌਜੂਦ ਸੀ, ਉਹਨਾਂ ਤੋਂ ਪਤਾ ਲੱਗਦਾ ਵੀ ਪਰਿਵਾਰ ਨੇ 2-4 ਵਾਰ ਆ ਕੇ ਇਹਨਾਂ ਨੂੰ ਕਿਹਾ ਵੀ ਤੁਸੀਂ ਸਟੇਜ ਤੇ ਨਾ ਆਓ, ਠੀਕ ਹੈ ਜੀ। ਜਦੋਂ ਸਾਨੂੰ ਪੇਮੈਂਟ ਦੇਤੀ, ਸਾਡੇ ਵੀ ਕਿਸੇ ਆਰਗੇਨਾਈਜ਼ਰ ਨੇ ਪੇਮੈਂਟ ਦੇਤੀ, ਸਾਡਾ ਫਰਜ਼ ਹੈ ਜੀ ਉਸ ਟਾਈਮ ਸਟੇਜ ਤੇ ਨਹੀਂ ਆਉਣਾ, ਠੀਕ ਹੈ, ਸਾਡਾ ਕੰਮ ਖਤਮ, ਕਰਾਵੇ ਕੋਈ ਨਾ ਕਰਾਵੇ, ਠੀਕ ਹੈ ਜੀ, ਸਾਨੂੰ ਜਾ ਉੱਥੋਂ ਚਲੇ ਜਾਣਾ ਚਾਹੀਦਾ। ਪਰ ਇਹ ਲੜਕੀ ਵਾਰ ਵਾਰ ਜਿੱਦ ਕਰਕੇ ਸਟੇਜ ਤੇ ਆ ਰਹੀ ਸੀ, ਇਸ ਕਰਕੇ ਹੀ ਪਾਰਟੀ ਨਾਲ ਦੁਬਾਰਾ ਰੌਲਾ ਪਿਆ ਜੀ। ਬਿਲਕੁਲ, ਦੇਖੋ ਜੀ ਅਸੀਂ ਉੱਥੇ ਮੌਜੂਦ ਨਹੀਂ ਸੀ, ਆਪਾਂ ਤਾਂ ਇਹ ਗੱਲ ਕਹਿੰਦੇ ਹਾਂ ਵੀ ਉੱਥੇ ਹਰ ਇੱਕ ਚੀਜ਼ ਦਾ ਦੇਖੋ ਮੁਲਾਇਆ ਕਰਾਉਣਾ ਚਾਹੀਦਾ, ਕਿਉਂਕਿ ਡਰਿੰਕ ਉਹਦੇ ਵਿੱਚ ਆ ਜਾਣੀ ਚਾਹੀਦੀ। ਲੜਕੀ ਨੇ ਮੋਰਨਿੰਗ ਇਹੀ ਚੀਜ਼ ਦੀ ਇੰਟਰਵਿਊ ਪਾਈ ਹੈ ਵੀ ਮੈਂ ਡਰਿੰਕ ਕਰਦੀ ਹਾਂ, ਅਤੇ ਬਾਕੀ ਹੀ ਉਹ ਡਰਿੰਕ ਕਰਦੀ ਹੈ ਜੀ, ਇਹ 'ਚ ਕੋਈ ਦੋ ਰਾਇ ਨਹੀਂ, ਉਹ ਡਰਿੰਕ ਕਰਦੀ ਆ।
ਦੇਖੋ ਜੀ, ਅਸੀਂ ਸਾਨੂੰ ਜੇ ਸਾਡਾ ਪਰਿਵਾਰ ਇੱਕ ਕੋਈ ਫੰਕਸ਼ਨ ਦਿੰਦਾ, ਦੇਖੋ ਅਸੀਂ ਕੰਮ ਸਾਡਾ ਰੁਜ਼ਗਾਰ ਤੁਹਾਡੇ ਪਾਰਟੀਆਂ ਦੇ ਸਿਰ 'ਤੇ ਹੀ ਚੱਲਦਾ। ਅਸੀਂ ਨਹੀਂ ਚਾਹੁੰਦੇ ਵੀ ਸਾਡਾ ਕਿਸੇ ਨਾਲ ਪਰਿਵਾਰ ਦੇ ਨਾਲ ਕੋਈ ਗਲਤ ਹੋਵੇ, ਠੀਕ ਹੈ ਜੀ, ਕਿਸੇ ਪਰਿਵਾਰ ਦੇ ਮੁੰਡੇ ਨਾਲ ਗਲਤ ਹੋਵੇ। ਜੋ ਸੱਚਾਈ ਹੈ ਅਸੀਂ ਤਾਂ ਇਹੀ ਚਾਹੁੰਦੇ ਹਾਂ ਵੀ ਅੱਗੇ ਰੱਖਣੀ ਚਾਹੀਦੀ ਹੈ। ਇੱਥੇ ਸਾਡੇ ਜੋ ਵੀ ਔਰਗਨਾਈਜ਼ਰ ਸੀ, ਮੁੰਡੇ ਸੀ, ਕੁੜੀਆਂ ਸੀ, ਸਾਰੇ ਮੌਜੂਦ ਆ ਜੀ। ਜੋ ਵੀ ਉੱਥੇ ਗੱਲਬਾਤ ਹੋਈ ਹੈ ਉਹ ਮੌਜੂਦ ਆ। ਬਿਲਕੁਲ ਨੀ ਜੀ, ਬਿਲਕੁਲ ਨੀ, ਇਹ 'ਚ ਕੋਈ ਐਂਟੀ ਵਾਲੀ ਗੱਲ ਨਹੀਂ ਹੈਗੀ। ਤੁਸੀਂ ਜਿਹੜੇ ਵੀ ਔਰਗਨਾਈਜ਼ਰਾਂ ਨੂੰ ਕਹੋ, ਦੇਖੋ ਇੱਕ ਪਰਿਵਾਰ ਦੀ ਤਰ੍ਹਾਂ ਚੱਲਦੇ ਹਾਂ ਸਾਡੀਆਂ ਪੰਜਾਬ ਲੈਵਲ 'ਤੇ ਟੀਮਾਂ। ਤੁਸੀਂ ਦੱਸੋ ਉਹਦੇ ਨਾਲ ਕਿਹੜਾ ਔਰਗਨਾਈਜ਼ਰ ਖੜ ਕੇ ਉਹਨੇ ਇੰਟਰਵਿਊ ਦਿੱਤੀ ਹੈ ਜੀ ਵੀ ਇਹ ਗਲਤ ਹੋਇਆ, ਠੀਕ ਹੈ ਜੀ। ਉੱਥੇ ਪਤਾ ਤਾਂ ਉਹਨਾਂ ਤੋਂ ਲੱਗਣਾ ਜਿਹੜੇ ਉੱਥੇ ਮੌਜੂਦ ਸੀਗੇ ਜੀ, ਕਿਉਂਕਿ ਦੇਖੋ ਲਾਡੀ ਗਿੱਲ ਜਿਹੜਾ ਉਹ ਕਹਿ ਰਹੀ ਹੈ ਨਾ ਵੀ ਵਾਰ ਵਾਰ ਵੀ ਪਾਰਟੀਆਂ ਵਾਲੇ ਸਾਡੀ ਸੇਫਟੀ ਨਹੀਂ ਕਰਦੇ, ਸਾਡੀ ਕੋਈ ਸੇਫਟੀ ਨਹੀਂ। ਦੇਖੋ ਜੀ, ਉਹ ਵਾਰ ਵਾਰ ਔਰਗਨਾਈਜ਼ਰ ਜਿਹੜਾ ਹੀ ਬੰਦਾ ਉਹਨੂੰ ਲੈ ਕੇ ਗਿਆ, ਜਾਂ 3 ਔਰਗਨਾਈਜ਼ਰ ਉੱਥੇ ਹਾਜ਼ਰ ਸੀਗੇ, ਉਹਨਾਂ ਨੇ ਵਾਰ ਵਾਰ ਉਹਦੀ ਮਿਹਨਤ ਕੀਤੀ ਹੈ ਵੀ ਤੂੰ ਇੱਥੋਂ ਚਲੀ ਜਾ, ਅਤੇ ਉਹ ਮੁੰਡਾ ਲਾਡੀ ਗਿੱਲ ਉਹਦੇ ਅੱਗੇ ਹੋ ਕੇ, ਠੀਕ ਹੈ ਜੀ, ਉਹਨੂੰ ਫੜ ਰਿਹਾ ਅਤੇ ਫਿਰ ਵੀ ਉਹ ਗੰਦੀਆਂ ਗਾਲਾਂ ਕੱਢ ਰਹੀ ਆ।